ਗੁੱਡ ਆਫਟਰਨੂਨ ਰਿਸਪੈਕਟਿਡ ਟੀਚਰਸ ਐਂਡ ਸਟੂਡੈਂਟਸ ਮੈਂ ਚਿੰਨੂ ਅਗਰਵਾਲ ਮੈਥ ਮਿਸਟਰਸ ਸਰਕਾਰੀ ਹਾਈ ਸਕੂਲ ਦੱਪਰ ਐਸਐਸ ਨਗਰ ਤੋਂ ਬੱਚਿਓ ਅੱਜ ਆ ਪਾਠਵੀ ਜਮਾਤ ਦੇ ਗਣਿਤ ਵਿਸ਼ੇ ਦਾ ਅਧਿਆਇ ਪੜਾਂਗੇ ਖੇਤਰ ਮਿਤੀ ਪਹਿਲਾਂ ਵੀ ਆਪਾਂ ਖੇਤਰ ਮਿਤੀ ਬਾਰੇ ਪੜ ਚੁੱਕੇ ਹਾਂ ਪਹਿਲਾਂ ਆਪਾਂ ਦੋ ਪਸਾਰੀ ਅਕ੍ਰਿਤੀਆਂ ਦੇ ਪਰਿਮਾਪ ਅਤੇ ਖੇਤਰਫਲ ਬਾਰੇ ਪੜਿਆ ਸੀ ਫਿਰ ਆਪਾਂ ਨੇ ਤਿੰਨ ਪਸਾਰੀ ਅਕ੍ਰਿਤੀਆਂ ਪੜੀਆਂ ਸੀ ਅਤੇ ਉਹਨਾਂ ਦਾ ਖੇਤਰਫਲ ਪਤਾ ਕਰਨਾ ਸਿੱਖਿਆ ਸੀ ਤਾਂ ਤਿੰਨ ਪਸਾਰੀ ਆਕ੍ਰਿਤੀਆਂ ਕਿਹੜੀਆਂ ਦੇਖੀਆਂ ਸੀ ਆਪਾਂ ਨੇ ਕਯੂਬ ਯਾਨੀ ਕਿ ਕਨ ਕਯੂਬਾਇਡ ਯਾਨੀ ਕਿ ਕਨਾਅ ਅਤੇ ਸਿਲੰਡਰ ਯਾਨੀ ਕਿ ਵੇਲਨ ਆਪਾਂ ਨੇ ਪਿਛਲੇ ਲੈਕਚਰ 'ਚ ਆਪਾਂ ਨੇ ਇਹਨਾਂ ਤਿੰਨ ਆਕ੍ਰਿਤੀਆਂ ਦੇ ਤਿੰਨ ਪਸਾਰੀ ਆਕ੍ਰਿਤੀਆਂ ਦੇ ਖੇਤਰਫਲ ਨਿਕਾਲਨੇ ਸਿੱਖੇ ਸੀ ਕਿ ਆਪਾਂ ਉਸ ਦਾ ਖੇਤਰਫਲ ਕਿਵੇਂ نکال ਸਕਦੇ ਹਾਂ ਦੁਕਾਨ ਵਿੱਚ ਸੰਮੁਖ ਪੂਜਾਮਾ ਸੰਮੁਖ ਫਸਲ ਸੰਮੁਖਾ ਆਪਣੇ ਕੋਲ ਜਿਹੜੇ ਇਹਨਾਂ ਦੇ ਫੇਸਿਸ ਸੀ ਫਲਕ ਸੀ ਉਹ ਕਿਹਾ ਹੁੰਦੇ ਸੀ ਸਰਵਾੰਗਸਮ ਉਸੇ ਤਰ੍ਹਾਂ ਕਨਾਵ ਚ ਵੀ ਸੰਮੁਖ ਉੱਪਰਲਾ ਨਿਚਲਾ ਸਾਈਡਾਂ ਵਾਲੇ ਅਗਲੇ ਪਿਛਲੇ 6 ਫਲਕ ਹੁੰਦੇ ਆ ਤਾਂ 6 ਜੋ ਸੰਮੁਖ ਫਲਕ ਆਪਣੇ ਕੋਲ ਸਰਵਾੰਗਸਮ ਹੁੰਦੇ ਸੀ ਉਸੇ ਤਰ੍ਹਾਂ ਸਿਲੰਡਰ ਚ ਵੀ ਇਸ ਦਾ ਉੱਪਰਲਾ ਚੱਕਰਾਕਾਰ ਖਿੱਸਾ ਅਤੇ ਨਿਚਲਾ ਆਧਾਰ ਚੱਕਰਾਕਾਰ ਹਿੱਸਾ ਵੀ ਸਰਵਾੰਗਸਮ ਅਕ੍ਰਿਤਿਆ ਹੁੰਦੀ ਸੀ ਬੱਚਿਓ ਅੱਜ ਆਪਾਂ ਇਹਨਾਂ ਤਿੰਨੇ ਤਿੰਨ ਪਸਾਰੀ ਅਕ੍ਰਿਤਿਆਵਾਂ ਦੇ ਆਇਤਨ ਬਾਰੇ জানਾਂਗੇ ਬੱਚਿਓ ਤੁਸੀਂ ਇੱਕ ਕਮਰਾ ਦੇਖ ਰਹੇ ਹੋ ਇਸ ਕਮਰੇ ਵਿੱਚ ਬੈੱਡ ਵੀ ਲੱਗਿਆ ਹੋਇਆ ਅਲਮਾਰੀ ਵੀ ਲੱਗੀ ਹੋਈ ਹੈ ਮੇਜ਼ ਵੀ ਰੱਖਿਆ ਹੋਇਆ ਤਾਂ ਇਹ ਸਾਰੀਆਂ ਅਕ੍ਰਿਤਿਆ ਇਹ ਸਾਰੇ ਤਿੰਨ ਪਸਾਰੀ ਠੋਸ ਅਕ੍ਰਿਤਿਆ ਹਨ ਠੋਸ ਚੀਜ਼ਾਂ ਹਨ ਇਹ ਕੋਈ ਨਾ ਕੋਈ ਜਗ੍ਹਾ ਘੇਰਦੀਆਂ ਹਨ ਇੱਥੇ ਬੈੱਡ ਦੇ ਉੱਪਰ ਗੱਦੇ ਵੀ ਲੱਗੇ ਹੋਏ ਹਨ ਸਰਾਣੇ ਵੀ ਰੱਖੇ ਗਏ ਹਨ ਇਹ ਕੋਈ ਨਾ ਕੋਈ ਜਗ੍ਹਾ ਘੇਰਦਿਆਂ ਹਨ ਤੁਹਾਡੇ ਆਲੇ-ਦੁਆਲੇ ਵਿੱਚ ਵੀ ਜਿਹੜੀਆਂ ਚੀਜ਼ਾਂ ਜਗ੍ਹਾ ਘੇਰਦਿਆਂ ਹਨ ਤਾਂ ਉਹਨਾਂ ਨੂੰ ਆਪਾਂ ਕਿਆ ਕਵਾਂਗੇ ਆਇਤਨ ਇੱਕ ਤਿੰਨ ਪਸਾਰੀ ਵਸਤੂ ਦੁਆਰਾ ਘੇਰੀ ਹੋਈ ਜਗ੍ਹਾ ਨੂੰ ਉਸ ਦਾ ਆਇਤਨ ਕਹਿੰਦੇ ਹਨ ਆਪਣੇ ਆਸ-ਪਾਸੇ ਕਲਾਸਰੂਮ ਵਿੱਚ ਕੁਰਸੀ ਮੇਜ਼ ਬਲੈਕਬੋਰਡ ਥੋੜਾ ਬਸਤਾ ਤੁਹਾਡੇ ਜਿਓਮੈਟਰੀ ਬਾਕਸ ਇਹ ਸਾਰੀਆਂ ਚੀਜ਼ਾਂ ਕੋਈ ਨਾ ਕੋਈ ਜਗ੍ਹਾ ਘੇਰਦੀਆਂ ਹਨ ਤਾਂ ਇਹਨਾਂ ਨੂੰ ਆਪਾਂ ਕਵਾਂਗੇ ਉਸਤਾ ਉਸ ਚੀਜ਼ ਦਾ ਆਇਤਨ ਦੁਬਾਰਾ ਦੇਖਨੇ ਆ ਆਪਾਂ ਇੱਕ ਕਮਰਾ ਦੇਖ ਰਹੇ ਸੀ ਇਸ ਕਮਰੇ ਵਿੱਚ ਹੁਣ ਕਮਰੇ ਦਾ ਜ਼ਿਆਦਾ ਆਇਤਨ ਹੋਵੇਗਾ ਕਿ ਅਲਮਾਰੀ ਦਾ ਕਮਰਾ ਜ਼ਿਆਦਾ ਜਗ੍ਹਾ ਘੇਰ ਰਿਹਾ ਹੈ ਤਾਂ ਕਮਰੇ ਦਾ ਆਇਤਨ ਆਪਾਂ ਦੇਖ ਸਕਦੇ ਹਾਂ ਜ਼ਿਆਦਾ ਹੋਵੇਗਾ ਅਲਮਾਰੀ ਥੋੜੀ ਜਗ੍ਹਾ ਛ ਹੈ ਤਾਂ ਅਲਮਾਰੀ ਦਾ ਆਇਤਨ ਘੱਟ ਹੋਵੇਗਾ ਤੁਹਾਡੇ ਜਿਓਮੈਟਰੀ ਬਾਕਸ ਵਿੱਚ ਪੈਨ ਵੀ ਹੋਵੇਗੀ ਰਬੜ ਵੀ ਹੋਵੇਗੀ ਤਾਂ ਕਿਹੜੀ ਚੀਜ਼ ਜ਼ਿਆਦਾ ਆਇਤਨ ਘੇਰੇਗੀ ਇਹ ਤੁਸੀਂ ਨਿਕਾਲਣਾ ਸਿੱਖਣਾ ਹੈ ਕਿਸੇ ਖੇਤਰ ਦਾ ਖੇਤਰਫਲ ਪਤਾ ਕਰਨ ਲਈ ਆਪਾਂ ਕਿਆ ਯੂਜ਼ ਕਰਦੇ ਸੀ ਵਰਗ ਇਕਾਈਆਂ ਕਿਸੇ ਵੀ ਚੀਜ਼ ਦਾ ਖੇਤਰਫਲ ਨਿਕਾਲਣ ਲਈ ਆਪਾਂ ਮੀਟਰ ਸਕੇਅਰ ਜਾਂ ਸੈਂਟੀਮੀਟਰ ਸਕੇਅਰ ਵਰਗ ਇਕਾਈਆਂ ਲਗਾਉਂਦੇ ਸੀ पर किसी ठोस का आयतन पता करने लिए अपने क्या करना है कान इकाईया का उपयोग करना है कान इकाईया मतलब कि मीटर घात तीन या सेंटीमीटर घात तीन या मिलीमीटर घात तीन यही अपने इतना कन इकाईया उपयोग करा मतलब खेत निकालने लिए अपने वर्गीया उपयोग कर आयतन निकालने लिए अपने कान इकाईया उपयोग करना है आओ ਹੁਣ ਆਪਾਂ ਸਭ ਤੋਂ ਪਹਿਲਾਂ ਕਿਨਆਵ ਦਾਇਤ ਨਿਕਾਲਣਾ ਸਿੱਖਨੇ ਹਾਂ ਤਾਂ ਖੇਤਰ ਮੀਟਰੀ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਆਇਤਾਕਾਰ ਟੁਕੜਾ ਲੈਣਨੇ ਹਾਂ ਇਹ ਇੱਕ ਆਪਣੇ ਕੋਲ ਆਇਤ ਦਾ ਕਾਗਜ਼ ਹੈ ਇਸ ਦੀ ਲੰਬਾਈ ਅਤੇ ਚੌੜਾਈ ਤੁਸੀਂ ਮਾਪ ਲਓ ਕਿੰਨੀ ਹੈ ਲੰਬਾਈ ਅਤੇ ਚੌੜਾਈ ਇਸੇ ਤਰ੍ਹਾਂ ਦੇ ਤੁਸੀਂ ਕਿੰਨੇ ਸਾਰੇ ਕਾਗਜ਼ ਕੱਟ ਲਓ ਉਨੇ ਹੀ ਲੰਬਾਈ ਅਤੇ ਚੁੜਾਈ ਦੇ ਇਹਨਾਂ ਨੂੰ ਤੁਸੀਂ ਇੱਕ ਦੂਜੇ ਦੇ ਉੱਪਰ ਉੱਪਰ ਰੱਖਣਾ ਹੈ ਉੱਪਰ ਉੱਪਰ ਰੱਖੀ ਜਾਓ ਉਹ ਦੂਸਰਾ ਕਾਗਜ਼ ਅਗਲਾ ਕਾਗਜ਼ ਸੇਮ ਲੰਬਾਈ ਅਤੇ ਚੁੜਾਈ ਦੇ ਕਿੰਨੇ ਸਾਰੇ ਕਾਗਜ਼ ਉੱਪਰ ਦੇ ਉੱਪਰ ਰੱਖ ਲਵੋ ਤਾਂ ਇਸ ਦੇ ਨਾਲ ਜਿਹੜੀ ਇਹ ਆਪਣੇ ਕੋਲ ਕਿਤਾਬ ਟਾਈਪ ਚੀਜ਼ ਬਣ ਗਈ ਹੈ ਇਹ ਆਪਣੇ ਕੋਲ ਬਣ ਗਿਆ ਹੈ ਕਨਾਵ ਇਸ ਦੀ ਲੰਬਾਈ ਹੈ ਆਪਣੇ ਕੋਲ ਕੁਛ ਨਾ ਕੁਛ इसकी कोई ना कोई चुड़ाई है ते हुन आपा उपर, उपर कागज रख के इसकी ऊंचाई भी बना ली है तो इसका आयतन पता हम अपने क्या करना है कनाव का आयतन पता ली इस ते आधार ऊंचाई गुना करना है कनाव का आयतन पता करनी आधार का क्षेत्रफल गुना ऊंचाई ਹੁਣ ਇਹ ਤੇ ਆਧਾਰ ਕਿਆ ਸੀ ਆਧਾਰ ਆਪਣੇ ਕੋਲ ਇੱਕ ਆਇਤਾਕਾਰ ਕਾਗਜ਼ ਸੀ ਇਸ ਦੀ ਲੰਬਾਈ ਅਤੇ ਚੌੜਾਈ ਯਾਨੀ ਕਿ ਇਸ ਦੇ ਆਧਾਰ ਦਾ ਖੇਤਰਫਲ ਹੋ ਗਿਆ ਲੰਬਾਈ ਗੁਣਾ ਚੌੜਾਈ ਐਲ ਗੁਣਾ ਬੀ ਤੋਂ ਆਪਾਂ ਇੱਥੇ ਲਿਖ ਦਾਂਗੇ ਐਲ ਗੁਣਾ ਬੀ ਅਤੇ ਉਚਾਈ ਕਿੰਨੀ ਸੀ ਆਪਣੇ ਕੋਲ ਐਚ ਉਚਾਈ ਆਪਾਂ ਲਿਖ ਲਈ ਐਚ ਇਸ ਤਨਾਕਨਾਵ ਦਾ ਆਇਤਨ ਕਿਆ ਬਣ ਜਾਏਗਾ ਆਪਣੇ ਕੋਲ ਐਲ ਗੁਣਾ ਬੀ ਗੁਣਾ H, बच्चों कनाव द आयतन क्योंकि कनाव अपने को तीन पसारी है उसी कोई ना कोई लंबाई कोई ना कोई चौड़ाई या कोई ना कोई ऊंचाई होगी तो उसका क्षेत्रफल क्या होगा लंबाई गुना चौड़ाई गुना ऊंचाई इससे तरह हूँ आप देखा घन का आयतन तो घन का आयतन पता करने लिए आप ਵਰਗਕਾਰ ਦਾ ਟੁਕੜਾ ਲੈ ਲਿਆ ਅਤੇ ਉਸ ਦੀ ਪੂਜਾ ਆਪਾਂ ਇਹ ਲੈ ਲਈ ਹੁਣ ਤੁਸੀਂ ਇਸੇ ਤਰ੍ਹਾਂ ਦੇ ਕਿੰਨੇ ਸਾਰੇ ਟੁਕੜੇ ਇੰਨੇ ਹੀ ਪੂਜਾ মাপ ਵਾਲੇ ਕੱਟ ਲੈਣੇ ਹੈ ਅਤੇ ਉਹਨਾਂ ਨੂੰ ਆਪਾਂ ਨੇ ਉੱਪਰ ਦੀ ਉੱਪਰ ਰੱਖਣਾ ਹੈ ਇਹ ਪੂਜਾ ਵਾਲੇ ਕਿੰਨੇ ਸਾਰੇ ਕਾਗਜ਼ ਆਪਾਂ ਲੈ ਕੇ ਉੱਪਰ ਦੀ ਉੱਪਰ ਕਰ ਦੋ ਤੱਕ ਰੱਖਣੇ ਹੈ ਜਦੋਂ ਤੱਕ ਇਹ ਦੀ ਉਚਾਈ ਵੀ ਇਹ ਪੂਜਾ ਨਾ ਆ ਜੇ ਤਾਂ ਇਹਨਾਂ ਨੂੰ ਉੱਪਰ ਦੀ ਉੱਪਰ ਰੱਖੀ ਜਾਓ ਰੱਖੀ ਜਾਓ ਹੁਣ ਆਪਣੇ ਕੋਲ ਇਹ ਇੱਕ ਕਨਾਵਾਕਾਰ ਦੀ ਕਰਨਕਾਰ ਦੀ ਕੀਤੀ ਬਣ ਗਈ ਹੈ ਇਸ ਦੀ ਉਚਾਈ ਲੰਬਾਈ ਅਤੇ ਚੁੜਾਈ ਕਿਉਂਕਿ ਲੰਬਾਈ ਚੁੜਾਈ ਦੋ ਦੋਨੋਂ ਬਰਾਬਰ ਸੀ ਆਪਾਂ ਮੰਨਿਆ ਸੀ ਇਹ ਉਚਾਈ ਵੀ ਆਪਾਂ ਨੇ ਉਨੀ ਹੀ ਲੈ ਲਈ ਸੀ ਤਾਂ ਇਹਨਾਂ ਦੀ ਲੰਬਾਈ ਚੁੜਾਈ ਉਚਾਈ ਤਿੰਨੋਂ ਬਰਾਬਰ ਹੋ ਗਈਆਂ ਹਨ ਤਾਂ ਇਸ ਦਾ আয়ਤਨ ਹੁਣ ਆਪਾਂ ਕਿਵੇਂ ਪਤਾ ਕਰਾਂਗੇ ਉਸੇ ਤਰ੍ਹਾਂ ਜਿਵੇਂ ਕਨਾਵਤਾ ਨਿਕਾਲਿਆ ਸੀ ਇਸ ਦੇ আয়ਤਨ ਵਿੱਚ ਵੀ ਆਪਾਂ ਨੇ ਆਧਾਰ ਦਾ ਖੇਤਰਫਲ ਗੁਣਾ ਉਚਾਈ ਆਧਾਰ ਕਿਆ ਸੀ ਇਸ ਤੇ ਆਪਣਾ ਇਸ ਵਿੱਚ ਆਧਾਰ ਆਪਣਾ ਸੀ ਇੱਕ ਵਰਗਕਾਰ ਕਾਗਜ਼ ਤੋਂ ਵਰਗ ਦਾ ਖੇਤਰਫਲ ਕਿਆ ਸੀ a a a ਦੀ ਘਾਤ 2 ਅਤੇ ਉਚਾਈ ਹੈ a ਤੋਂ ਇਸ ਤਰ੍ਹਾਂ a a a ਆਪਣੇ ਕੋਲ ਆ ਜਾਏਗਾ a ਦੀ ਘਾਤ 3 ਯਾਨੀ ਕਿ ਕਰਨ ਦਾ আয়তন ਪਤਾ ਕਰਨ ਲਈ ਕਿਉਂਕਿ ਕੰਨ ਆਪਣੇ ਕੋਲ ਕੰਨ ਵਿੱਚ ਲੰਬਾਈ ਚੌੜਾਈ ਉਚਾਈ ਤਿੰਨ ਬਰਾਬਰ ਹੁੰਦੀਆਂ ਹਨ ਤਾਂ ਕੰਨ ਦਾ আয়তন ਹੋਵੇਗਾ ਪੂਜਾ ਦੇ ਘਾਤ ਤਿੰਨ ਤੇ ਇਸ ਵਿੱਚ ਆਪ ਕੀ ਆਕਾਇਆਂ ਲਗਾਵਾ ਗਿਆ ਆਪਾਂ ਪੜਿਆ ਸੀ ਕੰਨ ਦੀਆਂ ਚਲੋ ਹੁਣ ਆਪਾਂ ਕੀ ਕਰਦੇ ਹਾਂ ਵਿਲਨ ਦੇ আয়তন ਦਾ ਸੂਤਰ ਪਤਾ ਕਰਾਂਗੇ ਵਿਲਨ ਦਾ আয়তন ਤਾਂ ਵਿਲਨ ਦਾ আয়তন ਪਤਾ ਕਰਨ ਲਈ ਆਪਾਂ ਇੱਕ ਚੱਕਰਾਕਾਰ ਟੁਕੜਾ ਲੈਣੇ ਹਨ ਚਾਹੇ ਤੁਸੀਂ ਕਾਗਜ਼ ਦਾ ਟੁਕੜਾ ਲੈ ਕੇ ਹੀ ਕੱਟ ਲੋ ਮੈਂ ਇੱਥੇ ਇੱਕ ਸਿੱਕਾ ਲੈ ਨਹੀਂ ਹਾਂ ਇਸ ਦਾ ਕੋਈ ਨਾ ਕੋਈ ਅਰਧ ਵਿਆਸ ਹੋਵੇਗਾ ਮੰਨ ਲਓ ਇਸ ਦਾ ਅਰਧ ਵਿਆਸ ਮੈਨਲੇ ਲੈ ਲਿਆ ਇੱਥੇ r ਹੁਣ ਮੈਂ ਇਸ ਸਿੱਕੇ ਦੇ ਉੱਪਰ ਹੀ ਕਿਉਂਕਿ ਮੈਨੂੰ ਚੱਕਰ ਕੱਟਣ ਨਹੀਂ ਪੈਣੇ ਸੀ ਉਹਨੇ ਕਰ ਦੇ ਸੇਮ ਕਰ ਦੇ ਤਾਂ ਮੈਂ 1 5 5 ਦਾ ਸਿੱਕਾ ਲੈ ਕੇ ਉਸ ਤੋਂ ਸਿੱਕੇ ਦੇ ਉੱਪਰ ਸਿੱਕਾ ਸਿੱਕੇ ਦੇ ਉੱਪਰ ਸਿੱਕਾ ਰੱਖ ਕੇ h o j i ਵਾਂ ਲਾਇਕ ਵੇਲਨ ਤਿਆਰ ਕਰ ਲਿਆ ਹੈ ਇਸ ਦੀ ਉਚਾਈ h ਹੈ ਜਿੰਨੀ ਮਰਜ਼ੀ ਤੁਸੀਂ ਉਚਾਈ ਰੱਖ ਸਕਦੇ ਹੋ ਮੰਨ ਲਓ ਆਪਾਂ ਉਚਾਈ h ਲੈ ਲਈ ਤੇ ਹੁਣ ਇਸ ਦਾ আয়তন ਕਿ ਆਏਗਾ ਜਿਸ ਤਰ੍ਹਾਂ ਆਪਾਂ ਨੇ ਘਣ ਦਾ আয়তন ਅਤੇ ਕਿਨਾਵ ਦਾ আয়তন ਪਤਾ ਕੀਤਾ ਸੀ ਉਸੇ ਤਰ੍ਹਾਂ ਹੁਣ ਵੇਲਨ ਦਾ আয়তন ਵੀ ਹੋਵੇਗਾ ਤਾਂ ਵੇਲਨ ਦਾ আয়তন ਹੈ ਆਧਾਰ ਦਾ ਖੇਤਰਫਲ ਗੁਣਾ ਉਚਾਈ ਤਨਾਵ ਚ ਵੀ ਆਪਾਂ ਇਸੇ ਤਰ੍ਹਾਂ ਕੀਤਾ ਸੀ ਆਧਾਰ ਦਾ ਖੇਤਰਫਲ ਗੁਣਾ ਹੁਚਾਈ ਕੰਨ ਵਿੱਚ ਵੀ ਆਪਾਂ ਇਸੇ ਤਰ੍ਹਾਂ ਕੀਤਾ ਸੀ ਆਧਾਰ ਦਾ ਖੇਤਰਫਲ ਗੁਣਾ ਹੁਚਾਈ ਹੁਣ ਇੱਥੇ ਆਧਾਰ ਕਿ ਆਇਆ ਆਪਣੇ ਕੋਲ ਇੱਕ ਚੱਕਰ ਹੈ ਤੋ ਚੱਕਰ ਦਾ ਖੇਤਰਫਲ ਕਿ ਆਉਂਦਾ ਆਪਣੇ ਕੋਲ ਕੋਈ ਨਾ ਕੋਈ ਆਧਾਰ ਅਰਧ ਵਿਆਸ ਹੋਵੇਗਾ ਤੋ ਦਾ ਖੇਤਰਫਲ ਹੁੰਦਾ ਪਾਈ ਆਰ ਸਕੁਅਰ ਇਹ ਤੁਸੀਂ ਪਹਿਲਾਂ ਕੀਤਾ ਹੋਇਆ ਤੋ ਹੁਣ ਆਪਾਂ ਇਹਨੂੰ ਅੱਗੇ ਹੱਲ ਕਰਦੇ ਹਾਂ ਬੇਲਨ ਦਾ ਆਇਤਨ ਕੀ ਹੋਵੇਗਾ ਆਧਾਰ ਦਾ ਖੇਤਰਫਲ ਗੁਣਾ ਉਚਾਈ ਉਦਾਹਰਨ ਮੈਂ ਤੁਹਾਨੂੰ ਦੱਸਿਆ ਇੱਥੇ ਪਾਈ ਆਰ ਸਕੁਅਰ ਆਵੇਗਾ ਗੁਣਾ ਉਚਾਈ ਕਿੰਨੀ ਹੈ h ਤੋਂ ਇਸ ਤਰ੍ਹਾਂ ਬੇਲਨ ਦਾ ਆਇਤਨ ਆਪਣੇ ਕੋਲ ਬਣ ਗਿਆ ਪਾਈ ਆਰ ਸਕੁਅਰ h ਤੋਂ ਬੱਚਿਓ ਹੁਣ ਆਪਾਂ ਤਿੰਨ ਚੀਜ਼ਾਂ ਦੇ ਸੂਤਰ ਕਿੱਤੇ ਸੀ ਪਹਿਲਾ ਕਨਾਵ ਕਨਾਵ ਚ ਆਪਣੇ ਕੋਲ ਇਸ ਦੀ ਕੋਈ ਨਾ ਕੋਈ ਲੰਬਾਈ ਹੋਵੇਗੀ कोई ना कोई चौड़ाई होगी कोई ना कोई ऊंचाई होगी तो घनाव का क्षेत्रफल आप एल गुना बी गुना एच एल मतलब लंबाई बी मतलब चौड़ाई एच मतलब ऊंचाई तो तीन क्षेत्रफल आयतन ਦਾ ਸੂਤਰ ਯਾਦ ਕਰ ਲੈਣਾ ਕਿ ਨਾਮ ਦਾ ਆਇਤਨ ਲ ਗੁਣਾ ਬੀ ਗੁਣਾ ਐਥ ਜਾਂ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਅਗਲਾ ਆਪਣੇ ਕੋਲ ਕੰਨ ਸੀ ਕੰਨ ਦੇ ਤਿੰਨੇ ਪੂਜਾਵਾਂ ਬਰਾਬਰ ਹੁੰਦੀਆਂ ਲੰਬਾਈ ਚੌੜਾਈ ਉਚਾਈ ਤੁਝੇ ਮੈਂ ਇਸ ਨੂੰ ਐਲ ਹੀ ਲਿਖਨਾਈ ਜਾਂ ਇਹ ਹੀ ਲਿਖ ਦੋ ਤਾਂ ਇਸ ਦਾ ਆਇਤਨ ਕੀ ਬਣੇਗਾ ਐਲ ਦੀ ਘਾਤ 3 ਜਾਂ ਮੈਂ ਇਸ ਨੂੰ ਲਿਖ ਸਕਦੀ ਹਾਂ ਪੂਜਾ ਦੀ ਘਾਤ 3 ਅਤੇ ਉਸ ਤੋਂ ਬਾਅਦ ਆਪਾਂ ਕੀਤਾ ਸੀ ਵੇਲਨ ਵੈਲਨ ਦਾ ਉੱਪਰਲਾ ਨੀਚਲਾ ਆਪਣੇ ਕੋਲ ਕੀ ਹੰਤਾ ਹੋਏ ਸਰਵਾਂਗਸਮ ਅਕ੍ਰਿਤਿਆ ਸਰਵਾਂਗਸਮ ਫਲਕਾਂ ਨੂੰ ਉੱਪਰਲੇ ਨੀਚਲੇ ਤੋਏ ਦੇ ਵਿੱਚ ਉੱਪਰ ਇੱਕ ਚੱਕਰ ਹੈ ਚੱਕਰ ਦਾ ਆਪਣੇ ਕੋਲ ਅਰਧ ਵਿਆਸ ਹੈ r ਅਤੇ ਇਸ ਦੀ ਉਚਾਈ ਲੈ ਲਈ ਆਪਾਂ ਨੇ h ਤਾਂ ਇਸ ਤਰ੍ਹਾਂ ਵੈਲਨ ਦਾ ਆਇਤਨ ਕਿ ਆ ਗਿਆ ਆਪਣੇ ਕੋਲ πr²h π ਦਾ ਮੂਲ ਤੁਹਾਨੂੰ ਪਤਾ ਹੈ ਕੀ ਆਪਰਨਾ r ਆਪਣੇ ਕੋਲ ਕੀ ਆਇਆ ਇੱਥੇ ਅਰਧ ਵਿਆਸ एच क्या है अपने पास ऊंचाई तो इस तरह वेलन का आयतन बन गया पाई आर एच ये सूत्री तरह याद कर लेना है क्योंकि अपा सवाल हल कर लगे इन्ह का उपयोग करना है अच्छा बचे हम थो तो पता लग गया आयतन क्या होंगे किसी वस्तु द्वारा घेरी गई जगह की मात्रा नयत कहते हैं ਜਿਵੇਂ ਕਿ ਤੁਸੀਂ ਆ ਗੁੱਲਕ ਦੇਖ ਰਹੇ ਹੋ ਇੱਕ ਇੱਕ ਲੱਕੜ ਦੀ ਬਣੀ ਹੋਈ ਮਨੀ ਬੈਂਕ ਜਾਂ ਗੁੱਲਕ ਹੈ ਇਹ ਜਿੰਨੀ ਜਗ੍ਹਾ ਘੇਰਦੀ ਹੈ ਇਸ ਨੂੰ ਉਸਤਾ ਆਇਤਨ ਕਹਿੰਦੇ ਹਨ ਹੁਣ ਸਮਰਥਾ ਕੀ ਹੁੰਦੀ ਹੈ ਸਮਰਥਾ ਵੀ ਥੋੜਾ ਜਿਹਾ ਆਇਤਨ ਵਰਗਾ ਹੀ ਹੁੰਦਾ ਹੈ ਪਰ ਕਿਸੇ ਬਰਤਨ ਵਿੱਚ ਭਰੀ ਗਈ ਵਸਤੂ ਦੀ ਮਾਤਰਾ ਨੂੰ ਉਸਤੀ ਸਮਰਥਾ ਕਹਿੰਦੇ ਹਨ ਜਿਵੇਂ ਕਿ ਇਹ ਇੱਕ ਪਾਣੀ ਦੀ ਬੋਟਲ ਹੈ ਇਸ ਵਿੱਚ ਆਪਾਂ ਕਿੰਨਾ ਪਾਣੀ ਪਾ ਸਕਦੇ ਹਾਂ ਵੈਸੇ ਤਾ ਪਾਣੀ ਦੁਆਰਾ ਪਿੱ ਘੇਰੀ ਦੀ ਜਗਾ ਆਇਤ ਨਹੀਂ ਹੁੰਦਾ ਪਰ ਪਾਣੀ ਨੂੰ ਆਪਾਂ ਲੀਟਰ ਮਿਲੀਲੀਟਰ ਆਦਿ ਵਿੱਚ ਲਿਖਦੇ ਆਂ ਤਾਂ ਇਸ ਕਰਕੇ ਉਸ ਨੂੰ ਕਿਸੇ ਬਰਤਨ ਵਿੱਚ ਭਰੀ ਗਈ ਵਸਤੂ ਦੀ ਮਾਤਰਾ ਨੂੰ ਆਪਾਂ ਉਸ ਦਾ ਉਸ ਦੀ ਸਮਰੱਥਾ ਬੋਲਾਂਗੇ ਤਾਂ 1 ਮਿਲੀਲੀਟਰ ਆਪਣੇ ਕੋਲ ਹੋਏਗਾ 1 ਸੈਂਟੀਮੀਟਰ ਕੰਨ ਦੇ ਬਰਾਬਰ 1 ਲੀਟਰ ਹੋਵੇਗਾ 1000 ਕੰਨ ਸੈਂਟੀਮੀਟਰ ਦੇ ਬਰਾਬਰ एक मीटर क्यूब यानी कि एक कन मीटर आप लिखा हजार लीटर तो बच्चे इस सूत्र याद कर लेने एक लीटर कि बराबर है हज़ार कन सेंटीमीटर एक मीटर क्यूब कि बराबर है हज़ार लीटर उपर किता से एक मिली लीटर कि बराबर आ गया एक सेंटीमीटर क्यूब आओ हूँ इस सवाल हल करते हाँ ਤੁਹਾਨੂੰ ਇੱਕ ਵੇਲਨਕਾਰ ਟੈਂਕ ਦਿੱਤਾ ਗਿਆ ਹੈ। ਬੱਚਿਓ ਸੋਚੋ ਵੇਲਨਕਾਰ ਟੈਂਕ, ਵੇਲਨ ਆਪਾਂ ਪੜਿਆ ਹੈ ਤਾਂ ਉਸ ਟਾਈਪ ਦਾ ਇੱਕ ਟੈਂਕ ਹੈ ਆਪਣੇ ਕੋਲ। ਇਥੇ ਲਿਖਿਆ ਵਿੱਚ ਜੋ ਕਿਸ ਸਥਿਤੀ ਵਿੱਚ ਤੁਸੀਂ ਉਸ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋਗੇ ਅਤੇ ਕਿਸ ਸਥਿਤੀ ਵਿੱਚ ਆਇਤਨ। ਆਪਨੇ ਕੋਲ ਵੇਲਨਕਾਰ ਟੈਂਕ ਹੈ। ਇਸ ਦੇ ਉੱਪਰ ਇੱਕ ਚੱਕਰਾਕਾਰ ਹੈ ਆਕ੍ਰਿਤੀ ਹੈ। ਉੱਪਰਲਾ ਅਤੇ ਨਿਚਲਾ ਹਿੱਸਾ ਚੱਕਰਾਕਾਰ ਹੈ ਅਤੇ ਵੇਲਨ ਦੀ আকৃতি ਹੈ। ਤਾਂ ਪਹਿਲਾ ਪ੍ਰਸ਼ਨ ਹੈ ਕਿ ਇਹ ਪਤਾ ਕਰਨਾ ਹੋਵੇ ਇਹ ਪਤਾ ਕਰਨ ਦੇ ਲਈ ਇਸ ਵਿੱਚ ਕਿੰਨਾ ਪਾਣੀ ਰੱਖਿਆ ਜਾ ਸਕਦਾ ਹੈ। ਬੱਚੇ ਹੁਣ ਆਪਾਂ ਇਹਦੇ ਵਿੱਚ ਪਾਣੀ ਰੱਖਣਾ ਹੈ। ਤਾਂ ਹੁਣ ਪਾਣੀ ਰੱਖਣਾ ਇਹ ਖੇਤਰਫਲ ਵਿੱਚ ਆਏਗਾ ਕਿ ਆਇਤਨ ਚ ਤੁਸੀਂ ਪੜਿਆ ਉੱਪਰ ਕਿ ਜਿਹੜੀ ਚੀਜ਼ ਜਗ੍ਹਾ ਘੇਰਦੀ ਹੈ ਤਾਂ ਉਹ ਕੀ ਹੁੰਦੀ ਹੈ ਉਸਦਾ ਆਇਤਨ। ਹੁਣ ਪਾਣੀ ਅੰਦਰ ਜਾ ਕੇ ਇਸ ਦੀ ਜਗ੍ਹਾ ਘੇਰੇਗਾ। ਇਸ ਕਰਕੇ ਪਾਣੀ ਰੱਖਣ ਲਈ ਅਸੀਂ ਕਿਸ ਚੀਜ਼ ਦਾ ਪਤਾ ਕਰਾਂਗੇ ਆਇਤਨ ਇਸ ਤੇ ਲਈ ਸੀ ਆਇਤਨ ਪਤਾ ਕਰਾਂਗੇ ਇਸ ਦਾ ਪਲਸਤਰ ਕਰਨ ਦੇ ਲਈ ਲੋੜਿੰਦੇ ਸੀਮੈਂਟ ਬੋਰੀਆਂ ਦੀ ਸੰਖਿਆ ਹੁਣੇ ਮੰਨ ਲਓ ਆਪਾਂ ਨੇ ਇਸ ਨੂੰ ਪੇਂਟ ਕਰਨਾ ਹੋਵੇ ਜਾਂ ਇਸ ਦੇ ਆਸ-ਪਾਸ ਸੀਮੈਂਟ ਲਗਾਉਣਾ ਹੋਵੇ ਤਾਂ ਉਹ ਕਿੰਨੀਆਂ ਬੋਰੀਆਂ ਲੱਗਣਗੀਆਂ ਉਹ ਪਤਾ ਕਰਨ ਲਈ ਆਪਾਂ ਖੇਤਰਫਲ ਪਤਾ ਕਾਲਾਂਗੇ ਕਿ ਆਇਤਨ ਕਿਉਂਕਿ ਆਪਾਂ ਨੇ

तो इसते अपने क्या पता करना पवेगा इसका आयतन तो बच्चियों, जो चीज जगह घेरेगी ओह उस चीज का आयतन होगा ये आप इत्या हम आप अगला प्रश्न होर हाँ। एक घनाव कार गोदाम जिसका माप साठ मीटर गुना चाली मीटर गुना तीह मीटर है दे अंदर किन्ने घनावकार डब्बे रखे जा सकते हैं जेकर एक डब्बे का आयतन जीरो पॉइंट अठ मीटर क्यूब है बच्चों एक गोदाम घनावघार गोदाम आकृति है जिसका माँ बापा साठ मीटर गुना चाली मीटर गुना ती मीटर है यानी कि इसकी लंबाई अपने को सठ मीटर इसकी चौड़ाई होगी चाली मीटर ਅਤੇ ਇਸ ਦੀ ਉਚਾਈ ਹੋਵੇਗੀ 30 ਮੀਟਰ ਇਸ ਗੋਦਾਮ ਦੇ ਅੰਦਰ ਆਪਾਂ ਨੇ ਛੋਟੇ-ਛੋਟੇ ਡੱਬੇ ਰੱਖਨੇ ਐ ਕਨਾਵਕਾਰ ਦੇ ਹੀ ਆਪਾਂ ਇਸ ਤਰ੍ਹਾਂ ਦੇ ਡੱਬੇ ਰੱਖਨੇ ਐ ਹੁਣ ਆਪਾਂ ਨੂੰ ਇਸ ਡੱਬੇ ਦਾ ਆਇਤਨ ਦਿੱਤਾ ਹੋਇਆ ਹੈ ਇਸ ਡੱਬੇ ਦਾ ਆਇਤਨ ਦਿੱਤਾ ਆਪਾਂ ਨੇ 0.8 ਮੀਟਰ ਕਯੂਬ 0.8 ਕਿੰਮੀਟਰ ਤਾਂ ਹੁਣ ਆਪਾਂ ਨੇ ਇਹ ਪਤਾ ਕਰਨਾ ਹੈ ਕਿ ਆਪਾਂ ਇਸ ਨਾਵ ਕਰ ਗੋਦਾਮ ਵਿੱਚ ਇਸ ਤਰ੍ਹਾਂ ਦੇ ਕਿੰਨੇ ਡੱਬੇ ਰੱਖ ਸਕਨੇ ਹਾਂ ਆਪਾਂ ਨੇ ਇੱਥੇ ਇਨਾ ਡੱਬਿਆਂ ਦੀ ਸੰਖਿਆ ਪਤਾ ਕਰਨੀ ਹੈ ਡੱਬਿਆਂ ਦੀ ਗਿਣਤੀ ਪਤਾ ਕਰਨੀ ਹੈ ਕਿ ਆਪਾਂ ਇੱਥੇ ਕਿੰਨੇ ਡੱਬੇ ਰੱਖ ਸਕਨੇ ਹਾਂ ਤਾਂ ਬੱਚਿਓ ਆਪਾਂ ਕਿਵੇਂ ਹੱਲ ਕਰਾਂਗੇ ਇਸ ਨੂੰ ਆਪਾਂ ਪੂਰੇ ਗੋਦਾਮ ਦਾ ਆਇਤਨ ਕੱਢ ਦਾਂਗੇ ਇਸ ਦਾ ਆਇਤਨ ਕੱਢਣ ਤੋਂ ਬਾਅਦ ਆਪਾਂ ਇਸ ਨੋਟ ਡੱਬੇ ਦੇ ਆਇਤਨ ਨਾਲ ਭਾਗ ਕਰ ਦਵਾਂਗੇ ਤਾਂ ਆਪਾਂ ਨੂੰ ਇਸ ਵਿੱਚ ਰੱਖੇ ਜਾਣ ਵਾਲੇ ਡੱਬਿਆਂ ਦੀ ਗਿਣਤੀ ਪਤਾ ਲੱਗ ਜਾਵੇਗੀ ਤਾਂ ਚਲੋ ਆਓ ਆਪਾਂ ਇਸ ਨੂੰ ਹੱਲ ਕਰੀਏ ਹੱਲ ਕਰ दिया तो ਆਪਣੇ ਕੋਲ ਇੱਕ ਡੱਬੇ ਦਾ ਆਇਤਨ ਤਾਂ ਦਿੱਤਾ ਹੋਇਆ ਉਸ ਨੂੰ ਆਪਾਂ ਪਹਿਲਾਂ ਲਿਖ ਲੈਣੇ ਆ 0.8 ਮੀਟਰ ਕਯੂ ਹੁਣ ਗੋਦਾਮ ਦਾ ਆਇਤਨ ਗੋਦਾਮ ਕਿਉਂਕਿ ਕਨਾਵ ਕਰਦਾ ਹੈ तो घनाव आयतन अपने सूत्र किया लंबाई गुना चौड़ाई गुना उंचाई इतना लंबाई दिखती है साठ मीटर तो मूल भाता साठ चौड़ाई है चाली अति उंचाई है ती ए गुना करके मे कर लिया बहत्तर हजार क्योंकि आयतन है तो आयतन कन मीटर तो गोदाम आयतन आ गया अपने को बहत्तर हजार कन मीटर ਹੁਣ ਮੈਨੇ ਕੀ ਪਤਾ ਕਰਨਾ ਹੈ ਕਿ ਇਸ ਵਿੱਚ ਕਿੰਨੇ ਡੱਬੇ ਰੱਖੇ ਜਾ ਸਕਦੇ ਹਨ ਤਾਂ ਗੋਦਾਮ ਦੇ ਅੰਦਰ ਰੱਖੇ ਜਾਣ ਸਕਣ ਵਾਲੇ ਡੱਬਿਆਂ ਦੀ ਸੰਖਿਆ ਕਿੰਨੇ ਪਤਾ ਕਰਨੀ ਹੈ ਕਿਉਂਕਿ ਗੋਦਾਮ ਵੱਡਾ ਹੈ ਤਾਂ ਗੋਦਾਮ ਦੇ ਆਇਤਨ ਨੂੰ ਆਪਾਂ ਡੱਬੇ ਦੇ ਆਇਤਨ ਦੇ ਨਾਲ ਭਾਗ ਕਰਨੀ ਹੈ ਤਾਂ ਗੋਦਾਮ ਦਾ ਆਇਤਨ बटे ਇੱਕ ਡੱਬੇ ਦਾ ਆਇਤਨ ਤਾਂ ਬੱਚੇ ਗੋਦਾਮ ਦਾ ਆਇਤਨ ਆਪਾਂ ਕੱਢ ਲਿਆ ਸੀ 72000 ਕਣਮੀਟਰ डबेदन जीरो पॉइंट अठ कलमीटर तो मूल भरता जीरो पॉइंट अठ न जीरो पॉइंट अठ न लिखा अठ बटे दस क्योंकि अठ जीरो पॉइंट अठ नीचे से तो अठ नीचे दस उर चला गया अठ नहत्तर न कटता तो आ गया अठू नाम बहत्तर नौ यानी कि नौ हज़ार आ गया इस तरह इन गुना करके अपने को आ गया नौ हजार ना ना किता नब्बे हजार डबे अपने को गोदाम डब्बे रखे जा सकते आओ एक होर प्रश्न हल करिए दुद का टैंक वेलन आकार का है जिसका अर्धव्यास एक पॉइंट मीटर ਅਤੇ ਲੰਬਾਈ 7 ਮੀਟਰ ਹੈ। ਇਸ ਟੈਂਕ ਵਿੱਚ ਭਰੇ ਜਾ ਸਕਣ ਵਾਲੇ ਦੁੱਧ ਦੀ ਮਾਤਰਾ ਲੀਟਰ ਵਿੱਚ ਪਤਾ ਕਰੋ। ਬੱਚਿਓ, ਇੱਥੇ ਤੁਸੀਂ ਇੱਕ ਦੁੱਧ ਵਾਲਾ ਟੈਂਕ ਦੇਖ ਰਹੇ ਹੋ। ਇਸ ਟੈਂਕ ਦੇ ਪਿੱਛੇ ਦੇਖੋ ਤੁਸੀਂ ਇਹ ਇੱਕ ਵੇਲਨ ਆਕਾਰ ਦਾ ਹੈ। ਇਹ ਪੂਰਾ ਆਪਣੇ ਕੋਲ ਵੇਲਨ ਹੈ। ਇਸ ਦੀ ਲੰਬਾਈ ਹੋਗੀ ਅਤੇ 24 ਦਾ ਚੱਕਰਾਕਾਰ ਹਿੱਸਾ ਹੈ ਉਸ ਦਾ ਅਰਧ ਵਿਆਸ ਆਪਾਂ ਦਿੱਤਾ ਹੈ 1.5 ਮੀਟਰ ਅਤੇ ਲੰਬਾਈ ਦਿੱਤੀ ਹੈ 7 ਮੀਟਰ ਤੁਸੀਂ ਦੇਖ ਰਹੇ ਹੋ ਇੱਕ ਵਿਲਨਕਾਰ ਬਣ ਗਿਆ ਤਾਂ ਇਸਦੀ ਆਪਾਂ ਨੂੰ ਲੰਬਾਈ ਦਿੱਤੀ ਹੈ 7 ਮੀਟਰ ਅਤੇ ਅਰਧ ਵਿਆਸ ਦਿੱਤਾ 1.5 ਮੀਟਰ ਆਪਾਂ ਨੇ ਦੱਸਣਾ ਇਸ ਵਿੱਚ ਦੁੱਧ ਦੀ ਕਿੰਨੀ ਮਾਤਰਾ ਆ ਸਕਦੀ ਹੈ ਤਾਂ ਕਿੰਨੀ ਮਾਤਰਾ ਆ ਸਕਦੀ ਹੈ ਇਹ ਪਤਾ ਕਰਨ ਲਈ ਆਪਾਂ ਕਿਆ ਨਿਕਾਲਾਂਗੇ ਇਸ ਦਾ ਅੰਦਰ ਕਿੰਨੀ ਚੀਜ਼ ਆ ਸਕਦੀ ਹੈ ਜਗਾ ਘਰੇਗੀ ਉਹ ਚੀਜ਼ ਤੋਂ ਇਹਦਾ ਮਤਲਬ ਆਪਾਂ ਨੇ ਨਿਕਾਲਣਾ ਹੈ ਇਸ ਦਾ ਆਇਤਨ ਤਾਂ ਚਲੋ ਆਓ ਹੱਲ ਕਰੀਏ ਦੁਬਾਰਾ ਕੁਐਸਚਨ ਪੜ੍ਹ ਲਈਏ ਇੱਕ ਵਾਰ ਇੱਕ ਦੁੱਧ ਦਾ ਟੈਂਕ ਵਿਲਨਕਾਰ ਦਾ ਸੀ ਤਾਂ ਵਿਲਨ ਬਣਾ ਲਿਆ ਮੈਂ ਜਿਸ ਦਾ ਅਰਧ ਵਿਆਸ 1.5 ਮੀਟਰ ਸੀ ਇਸ ਦਾ ਉੱਪਰੋਂ ਅਰਧ ਵਿਆਸ ਲੈ ਲਿਆ ਆਪਾਂ ਨੇ r ਲੈ ਲਈ 1.5 ਮੀਟਰ ਅਤੇ ਇਸਦੀ ਲੰਬਾਈ 7 ਮੀਟਰ ਹੈ ਲੰਬਾਈ ਨੂੰ ਆਪਾਂ ਕਿਆ ਲਿਖ ਦਾਂਗੇ ਇੱਥੇ ਉਚਾਈ ਕਿਉਂ ਕਿ لمبے ਲੋਡ ਪਿਆ ਸੀ ਤਾਂ ਲੰਬਾਈ ਹੋ ਗਈ ਹੁਣ ਆਪਾਂ ਇਸ ਨੂੰ ਖੜਿਆ ਹੋਇਆ ਸ਼ੇਪਸ ਬਣਾਇਆ ਤਾਂ ਇਹ ਹੋ ਗਈ ਉਸਦੀ ਉਚਾਈ ਤਾਂ ਵਿਲੰਦ ਅੱਧ ਵਿਆਸ ਯਾਨੀ ਕਿ r ਆਪਣੇ ਕੋਲ 1.5 ਮੀਟਰ ਵਿਲੰਦ ਦੀ ਲੰਬਾਈ ਹੈ ਆਪਣੇ ਕੋਲ ਲੰਬਾਈ ਨੂੰ ਆਪਾਂ ਇੱਥੇ h ਸ਼ੋ ਕਰਤਾ ਸੀ ਅਕਚਲ ਲਿਖਤਾ ਸੀ ਕਿਉਂਕਿ ਆਪਾਂ ਇਹਨੂੰ ਖੜਾ ਕਰਤਾ ਉਹ ਆਪਣੇ ਕੋਲ ਆ ਗਈ 7 ਮੀਟਰ ਤਾਂ ਵਿਲਨ ਦਾ আয়তন ਵਿਲਨ ਦੇ আয়তন ਦਾ ਸੂਤਰ ਆਪਾਂ ਕੀਤਾ ਸੀ ਪਾਈ r² h ਯਾਦਾਂ ਕਿਵੇਂ ਬਣਿਆ ਸੀ ਬੱਚੋ ਇਹ ਇਸਦੇ ਆਧਾਰ ਦੇ ਖੇਤਰਫਲ ਨੂੰ ਉਚਾਈ ਦੇ ਨਾਲ ਗੁਣਾ ਕਰਕੇ ਬਣਿਆ ਸੀ ਪਾਈ r² h ਹੁਣ ਆਪਾਂ ਇੱਥੇ r ਦਾ ਅਤੇ h ਦਾ ਮੁੱਲ ਭਰਾਂਗੇ r ਆਪਣੇ ਕੋਲ 1.5 ਹੈ एच अच्छा है सतूल तो पता बच्चों कि बटे सत तो पाई का मूल भरता बई बटे सत क्योंकि आर स्कियर से आरूप दो बारी लिखना एक पॉइंट पंच गुना एक पॉइंट पंच एच ऊंचाई कि सत्त निचले सत्त न मैं उपरला सत्त कट दिता बाकी जो बच्चे अपने कोल ਉਸ ਨੂੰ ਗੁਣਾ ਕਰਨ ਤੋਂ ਬਾਅਦ ਮੇਰੇ ਕੋਲ ਉੱਤਰ ਆ ਗਿਆ 49.5 ਕਣ ਮੀਟਰ ਹੁਣ ਕਿਉਂਕਿ ਆਪਾਂ ਨੇ ਇਸ ਦੀ ਲੀਟਰ ਚ ਮਾਤਰਾ ਕੱਢਣੀ ਸੀ ਆਪਾਂ ਸੁੱਤਰ ਪੜਿਆ ਸੀ 1 ਮੀਟਰ ਕਯੂਬ ਯਾਨੀ ਕਿ 1 ਕਣ ਮੀਟਰ ਕਿਤੇ ਬਰਾਬਰ ਹੁੰਦਾ ਹੈ 1000 ਲੀਟਰ ਦੇ 1 ਕਣ ਮੀਟਰ ਬਰਾਬਰ ਹੈ 1000 ਲੀਟਰ ਅਤੇ ਆਪਣੇ ਕੋਲ ਕਿੰਨੇ ਕਣ ਮੀਟਰ ਹੈ उन्जा पॉइंट पांच तो हजार न मैं उन्जा तो पॉइंट पांच नाल गुना कर दूंगी उन्जा पॉइंट पांच गुना हजार ये अपने को हल करके आ जाएगा उन्जा इसका दशमलव हटा के मैं नीचे लिखता दस गुना हजार दशमलव हटा के मैं उसका पांच नीचे लिखता जीरो ना जीरो कटन तो बाद मेरे को बचिया फोर नाइन फाइव चार नौ प পিছে 2 0 মানে কি ਕਿੰਨਾ বনেয়া 49500 লিটার তো ইসਦਾ મતલਬ ইস ট্যাংক وچ 49500 লিটার দুধ ਆ ਸਕਦਾ ਹੈ ট্যাংক وچ ਕਿੰਨਾ দুধ ਭਰਿਆ ਜਾ ਸਕਦਾ ਹੈ ট্যাংক وچ ਭਰੇ ਜਾ ਸਕਣ والے দুধ ਦੀ ਮਾਤਰਾ ਹੈ 49500 লিটার ਚਲੋ ਅੱਗੇ ਇੱਕ ਪ੍ਰਸ਼ਨ ਦੇਖੀਏ ਹੁਣ ਜੇਕਰ ਕੰਨ ਦੇ ਹਰੇਕ ਕਿਨਾਰੇ ਨੂੰ ਦੁੱਗਣਾ ਕਰ ਦਿੱਤਾ ਜਾਵੇ ਤਾਂ ਇਸ ਤੇ ਸਤਾ ਦੇ ਖੇਤਰਫਲ ਵਿੱਚ ਕਿੰਨੇ ਗੁਣਾ ਵਾਧਾ ਹੋਵੇਗਾ ਇਸ ਤੇ ਆਇਤਨ ਵਿੱਚ ਕਿੰਨੇ ਗੁਣਾ ਵਾਧਾ ਹੋਵੇਗਾ ਬੱਚਿਓ ਦੁਬਾਰਾ ਪੜ੍ਹਦੇ ਹਾਂ ਕੁਐਸਚਨ ਨੂੰ ਜੇਕਰ ਕੰਨ ਦੇ ਹਰੇਕ ਕਿਨਾਰੇ ਨੂੰ ਆਪਣੇ ਕੋਲ ਇੱਥੇ ਇੱਕ ਕੰਨ ਹੈ ਮੰਨ ਲਓ ਮੈਂ ਇਸ ਦਾ ਕਿਨਾਰਾ ਲੈ ਲਿਆ L ਇਸ ਦੀ ਲੰਬਾਈ ਵੀ L ਹੈ ਚੌੜਾਈ ਵੀ L ਹੈ ਉਚਾਈ ਵੀ L ਹੈ ਤੇ ਜੇਕਰ ਮੈਂ ਇਸ ਨੂੰ ਦੁੱਗਣਾ ਕਰ ਦੂੰਗੀ ਯਾਨੀ ਕਿ L ਦੀ ਜਗ੍ਹਾ ਤੇ ਮੈਨੇ ਕੀ ਕਰਤਾ ਇਸ ਦਾ 2L ਹੁਣ ਆਪਣੇ ਕੋਲ ਇੱਥੇ ਆ ਗਿਆ 2L ਲੰਬਾਈ ਵੀ 2L ਹੋ ਗਈ ਇਸ ਦੀ ਚੌੜਾਈ ਵੀ 2L ਹੋ ਗਈ ਅਤੇ ਉਚਾਈ ਵੀ 2L ਹੋ ਗਈ ਕੁਣਾ ਪਤਾਸਨਾ ਕਿ ਇਸ ਤੇ ਸਤਾ ਦੇ ਖੇਤਰਫਲ ਵਿੱਚ ਕਿੰਨੇ ਗੁਣਾ ਵਾਧਾ ਹੋਵੇਗਾ ਪਹਿਲਾ ਐਲ ਪੂਜਾ ਸੀ ਤਾਂ ਆਪਾਂ ਦੇਖਾਂਗੇ ਕਿ ਇਸ ਦਾ ਸਤਾ ਦਾ ਖੇਤਰਫਲ ਕਿੰਨਾ ਸੀ ਅਤੇ ਜਦੋਂ ਆਪਾਂ ਇਹਦੀ ਪੂਜਾ ਦੁੱਗਣੀ ਕਰਤੀ ਦੋ ਐਲ ਕਰਤੀ ਤਾਂ ਇਸ ਦਾ ਖੇਤਰਫਲ ਕਿੰਨਾ ਹੋਇਆ ਉਸੇ ਤਰ੍ਹਾਂ ਜਦੋਂ ਪੂਜਾ ਆਪਣੇ ਕੋਲ ਐਲ ਸੀ ਤਾਂ ਇਸ ਦਾ ਆਇਤਨ ਕਿੰਨਾ ਸੀ ਤੇ ਜਦੋਂ ਮੈਂ ਪੂਜਾ ਦੁੱਗਣੀ ਕਰਤੀ ਦੋ ਐਲ ਕਰਤੀ ਤਾਂ ਇਸ ਦਾ ਆਇਤਨ ਕਿੰਨਾ ਹੋਇਆ ਕਿੰਨੇ ਗੁਣਾ ਵਧਿਆ ਉਹ ਆਪਾਂ ਨੇ ਪਤਾ ਕਰਨਾ ਹੈ ਤੋ ਚਲੋ ਪਤਾ ਕਰੀਏ ਪਹਿਲਾਂ ਆਪਾਂ ਇਸ ਦਾ ਮੰਨਦੇ ਹਾਂ ਕਿ ਕੰਨ ਦੇ ਕਿਨਾਰੇ ਦੀ ਲੰਬਾਈ ਐਲ ਇਕਾਈਆਂ ਇਸ ਦੀ ਲੰਬਾਈ ਆਪਾਂ ਲਿਖੀ ਸੀ ਐਲ ਇਕਾਈਆਂ ਤੋ ਇਸ ਦਾ ਪਹਿਲਾਂ ਸਤਾਂ ਦਾ ਖੇਤਰਫਲ ਨਿਕਾਲ ਲਾਂਗੇ ਤੋ ਸਤਾਂ ਦਾ ਖੇਤਰਫਲ ਦਾ ਸੂਤਰ ਆਪਾਂ ਪਹਿਲਾਂ ਯਾਦ ਕੀਤਾ ਹੋਇਆ 6l² ਵਰਗ ਇਕਾਈਆਂ ਕਿਉਂਕਿ ਤ ਖੇਤਰਫਲ ਹੈ ਖੇਤਰਫਲ ਚ ਮੈਂ ਵਰਗ ਇਕਾਈਆਂ ਲਿਖੂੰਗੀ ਇੱਥੇ ਜੇਕਰ ਆਪਾਂ ਇਸ ਦੀ ਲੰਬਾਈ ਨੂੰ ਦੁੱਗਣਾ ਕਰ ਦਈਏ ਜੇਕਰ ਘਣ ਦੇ ਕਿਨਾਰੇ ਨੂੰ ਦੁੱਗਣਾ ਕਰ ਦਈਏ ਤਾਂ ਨਵੀਂ ਲੰਬਾਈ ਕਿ ਆ ਜਾਏਗੀ ਆਪਣੇ ਕੋਲ ਪਹਿਲਾਂ ਐਲ ਸੀ ਐਲ ਦਾ ਦੁੱਗਣਾ 2ਐਲ ਅਤੇ ਇਸ ਤੇ ਨਵਾਂ ਸਤ੍ਹਾ ਦਾ ਖੇਤਰਫਲ ਕਿ ਆ ਬਨੇਗਾ ਪਹਿਲਾਂ 6ਐਲ ਸਕਰ ਸੀ ਹੁਣ ਮੈਂ ਐਲ ਦੀ ਜਗ੍ਹਾ ਤੇ ਇੱਥੇ 2ਐਲ ਭਰ ਦਿੱਤਾ ਫਿਰ ਐਲ ਤਾਂ ਉਵੇਂ ਹੀ ਲਿਖਿਆ ਗਿਆ हम इत की चार एल की घात की घात दो तो बाद हल कर दे चार निकालता छे अंदर पाता क्योंकि छे अंदर पाना मेरे को फिर बन गया अपने को सतह का खेत्रफल तो इस तरह मैं लिख सकती हार गुणा छे एलस्की वर्गी ਕਿਉਂਕਿ 6l2 ਆਪਣੇ ਕੋਲ ਪਹਿਲਾਂ ਸਤ੍ਹਾ ਦਾ ਖੇਤਰਫਲ ਸੀ ਜਦੋਂ ਉਹਦੀ ਲੰਬਾਈ l ਸੀ ਤਾਂ ਇਸ ਤਰ੍ਹਾਂ ਹੁਣ ਮੂਰੇ ਗੁਣਾ 4 ਹੋ ਗਿਆ ਯਾਨੀ ਕਿ ਆਪਣੇ ਕੋਲ ਇਸ ਤੇ ਸਤ੍ਹਾ ਦੇ ਖੇਤਰਫਲ ਚ 4 ਗੁਣਾ ਵਾਧਾ ਹੋਵੇਗਾ ਦੁਬਾਰਾ ਸੁਣ ਲਓ ਪਹਿਲਾਂ ਆਪਣੇ ਕੋਲ ਲੰਬਾਈ ਸੀ l ਤੋਂ ਖੇਤਰਫਲ ਆ ਗਿਆ 6l2 ਫਿਰ ਜਦੋਂ ਮੈਂ ਇਸ ਦੇ ਕਿਨਾਰੇ ਨੂੰ ਲੰਬਾਈ ਨੂੰ ਦੁੱਗਣਾ ਕਰਤਾ ਤਾਂ ਲੰਬਾਈ ਆ ਗਈ 2l एल तो यह खेत्रफल आ गया अपने को चार गुना छे एल स्केयर यानी कि इसका क्षेत्रफल पहले वाले खेत्रफल नालों चार गुना ज्यादा है समझ लग गया बच्चों हूँ आप अगे करिए हूँ आप इसका आयतन करा तो पहला उस तरह मान लो यदि लंबाई कितनी सी एल इकाइया ਚਿੱਕਰਾ ਪਾਈਸ ਤੇ ਕੰਨ ਨੂੰ ਦੁੱਗਣਾ ਕਰ ਦਈਏ ਤਾਂ ਆਪਣੇ ਕੋਲ ਕੰਦ ਕਿਨਾਰੇ ਨੂੰ ਦੁੱਗਣਾ ਕਰੀਏ ਤਾਂ ਆਪਣੇ ਕੋਲ ਕਿੰਨਾ ਆਇਆ ਸੀ 2L ਤਾਂ ਆਇਤਨ ਪਹਿਲਾਂ ਆਪਣੇ ਕੋਲ ਲੰਬਾਈ L ਸੀ ਤਾਂ ਇਸ ਦਾ ਆਇਤਨ ਕਿੰਨਾ ਆਏਗਾ ਆਇਤਨ ਆਪਾਂ ਇੱਥੇ ਲਿਖਿਆ ਨਹੀਂ ਹੋਇਆ ਆਪਾਂ ਆਇਤਨ ਕੱਢ ਦਿੰਨੇ ਆ ਆਇਤਨ ਆ ਗਿਆ L ਦੀ ਘਾਤ 3 ਕਣ ਇਕਾਈਆਂ ਜੀਤੋ ਇਸਦੀ ਨਮੀ ਨਬਾਈਨ ਕਾਲੀ 2l ਤਾਂ ਆਇਤਨ ਹੋ ਗਿਆ 2l ਦੀ ਘਾਤ 3 2 ਦੀ ਘਾਤ 3 ਕਿੰਨੀ ਤਾਂ 2 2 2 8 ਆ ਗਿਆ ਅਤੇ l ਦੀ ਘਾਤ 3 ਕਿੰਨੀ l ਦੀ ਘਾਤ 3 ਹੁਣ ਮੈਂ ਇੱਥੇ 8 ਬਾਹਰ ਕੱਢਦਾ l ਦੀ ਘਾਤ 3 ਅੰਦਰ ਰੱਖਦਾ ਕਿਉਂਕਿ l ਦੀ ਘਾਤ 3 ਕਿ ਐਸੀ ਆਪਣੇ ਕੋਲ ਕੰਨ ਦਾ ਆਇਤਨ ਸੀ ਜਦੋਂ ਉਹਦੀ ਲੰਬਾਈ l ਸੀ ਤਾਂ ਇਸ ਤਰ੍ਹਾਂ ਆਪਣੇ ਕੋਲ ਆ ਗਿਆ 8 l ਦੀ ਘਾਤ ਤਿੰਨ ਕੰਨ ਇਕਾਈਆਂ ਕਿਉਂਕਿ ਲਦੀ ਦਾ ਤਿੰਨ ਆਪਣੇ ਕੋਲ ਪੈਲੇ ਵਾਲੇ ਕੰਨ ਦੇ ਦਾਇਤਨ ਸੀ ਤਾਂ ਮੂਰੇ 8 ਗੁਣਾ ਹੋ ਗਿਆ ਤਾਂ ਇਸ ਤਰ੍ਹਾਂ ਇਸਦੇ ਆਇਤਨ ਵਿੱਚ 8 ਗੁਣਾ ਵਾਧਾ ਹੋਵੇਗਾ ਤਾਂ ਬੱਚਿਓ ਆਪਾਂ ਇੱਥੇ ਕਿਹਾ ਕਿੰਨਾ ਸੀ ਆਪਣੇ ਕੋਲ ਇੱਕ ਕੰਨ ਸੀ ਅਤੇ ਉਸਦੀ ਲੰਬਾਈ ਨੂੰ ਜੇ ਆਪਾਂ ਦੁੱਗਣਾ ਕਰ ਦਿੱਤੇ ਤਾਂ ਨਵਾਂ ਕੰਨ ਬਣਾ ਲਿਆ ਸੀ ਤੋ ਇਸ ਤਰ੍ਹਾਂ ਪੈੱਲੇ ਵਾਲੇ ਕੰਦੇ ਨਾਲ ਪਹਿਲੀ ਵਾਲੀ ਲੰਬਾਈ ਦੇ ਨਾਲ ਅਤੇ ਦੂਸਰੀ ਵਾਲੀ ਲੰਬਾਈ ਦੇ ਨਾਲ ਆਪਾਂ ਦੋਨਾਂ ਦੇ ਖੇਤਰਫਲ ਨਿਕਾਲ ਲੇ ਅ ਫਿਰ ਦੋਨਾਂ ਦੇ ਆਇਤਨ ਨਿਕਾਲਨ ਕੇ ਪਤਾ ਕੀਤਾ ਕਿ ਕਿਸ ਵਿੱਚ ਕਿੰਨਾ ਜ਼ਿਆਦਾ ਵਾਧਾ ਹੋਇਆ ਹੈ ਚਲੋ ਬੱਚਿਓ ਅੱਗੇ ਕੁਐਸਚਨ ਕਰਦੇ ਹਾਂ ਇੱਕ ਇਸ ਤਰ੍ਹਾਂ ਦੇ ਘਣਾਵ ਦੀ ਉਚਾਈ ਪਤਾ ਕਰੋ ਜਿਸ ਦੇ ਆਧਾਰ ਦਾ ਖੇਤਰਫਲ 180 ਸੈਂਟੀਮੀਟਰ ਸਕੁਅਰ ਅਤੇ ਆਇਤਨ 900 ਸੈਂਟੀਮੀਟਰ ਕਿਊਬ ਹੈ ਇੱਕ ਇਸ ਤਰ੍ਹਾਂ ਦੇ ਕਨਾਵ ਦੀ ਉਚਾਈ ਪਤਾ ਕਰਨੀ ਹੈ ਜਿਸ ਤੇ ਆਧਾਰ ਦਾ ਖੇਤਰਫਲ 180 ਸੈਂਟੀਮੀਟਰ ਸਕੁਅਰ ਅਤੇ ਆਇਤਨ 900 ਹੈ ਤੋ ਕਨਾਵ ਹੈ ਪਹਿਲਾਂ ਆਪਾਂ ਨੂੰ ਕਨਾਵ ਦਿੱਤਾ ਹੈ ਤੋ ਕਨਾਵ ਦਾ ਆਧਾਰ ਕੀ ਹੋਏਗਾ ਆਪਾਂ ਪੜਿਆ ਸੀ ਕਨਾਵ ਦਾ ਆਧਾਰ ਹੁੰਦਾ ਹੈ ਇੱਕ ਆਇਤਾਕਾਰ ਹਿੱਸਾ ਆਇਤ ਤੋ ਇਸ ਦਾ ਆਪਾਂ ਖੇਤਰਫਲ ਦਿੱਤਾ ਹੈ 180 ਸੈਂਟੀਮੀਟਰ ਸਕਰ ਅਤੇ ਆਪਾਂ ਨੂੰ ਇਸ ਦਾ ਆਇਤਨ ਦਿੱਤਾ ਹੈ ਤੋ ਆ ਮੈਂ ਇੱਕ ਕਨਾਵ ਬਣਾ ਲਿਆ ਹੁਣ ਆਪਾਂ ਨੂੰ ਕਨਾਵ ਦਾ ਆਇਤਨ ਦਿੱਤਾ ਹੈ 900 ਸੈਂਟੀਮੀਟਰ ਕਨ 900 सेंटीमीटर ते उसका आधार सीधा अपने को एक आधार निचला हिस्सा या ऊपरला हिस्सा कुछ भी मान सकते हैं आधारिक आयताकार हिस्सा है एक आयत दी शेप छ है तो उसका क्षेत्रफल अपनू ਦਿੱਤਾ ਹੈ 180 सेंटीमीटर स्क्वायर आपा इस घनाभ दी ऊंचाई पता करनी है तो बच्चों हूँ आप इथे हल करदे हां ਆਪਣੇ ਕੋਲ ਆਧਾਰ ਦਾ ਖੇਤਰਫਲ ਦਿੱਤਾ ਹੈ ਆਧਾਰ ਦਾ ਖੇਤਰਫਲ ਕਿੰਨਾ ਦਿੱਤਾ ਹੈ ਆਪਾਂ ਨੂੰ ਇਹ 180 ਸੈਂਟੀਮੀਟਰ ਸਕਰ ਤੋਂ ਆਧਾਰ ਦੇ ਖੇਤਰਫਲ ਦਾ ਸੂਤਰ ਹੁੰਦਾ ਹੈ ਲੰਬਾਈ ਗੁਣਾ ਚੌੜਾਈ l b ਕਿਤੇ ਬਰਾਬਰ ਆ ਗਿਆ 180 ਸੈਂਟੀਮੀਟਰ ਘਾਤ 2 ਆਪਾਂ ਕਰ ਲਿਆ ਹੁਣ ਅੱਗੇ ਦਿੱਤਾ ਸੀ ਆਪਾਂ ਨੂੰ ਆਇਤਨ ਆਪਣੇ ਕੋਲ ਕਨਾਵ ਦੇ ਆਇਤਨ ਦਾ ਸੂਤਰ ਕੀ ਹੈ ਪਹਿਲਾਂ ਆਪਾਂ ਨੂੰ ਕਨਾਵ ਦਾ ਆਇਤਨ ਦਿੱਤਾ ਹੈ ਉਹ ਲਿਖ ਲੈਣੇ ਆਪਾਂ ਕਨਾਵ ਦਾ ਆਇਤਨ ਦਿੱਤਾ ਹੈ 900 ਸੈਂਟੀਮੀਟਰ ਦੀ ਘਾਤ 3 ਕਨਾਵ ਦਾ ਆਇਤਨ ਆਪਾਂ ਕਿੱਥਾ ਚ ਯਾਦ ਕੀਤਾ ਸੀ ਲੰਬਾਈ ਗੁਣਾ ਚੁੜਾਈ ਗੁਣਾ ਉਚਾਈ ਕਿਹਦੇ ਬਰਾਬਰ ਆ ਗਿਆ 900 बच्चे अपने को एल गुना बी दिता है एक सौ अस्सी तो मैं एल गुना बी जगह मूल भर दिनी एक सौ अस्सी गुना एच बराबर नौ सौ हूँ जेरा एक सौ अस्सी है मैं इस बटे च लै जाऊंगी तो आ जाएगा नौ सौ बटे एक सौ अस्सी जीरो नाल जीरो कटता तो मैं अठारह का भाड़ा पढ़ दा अठारों पंजा नब्बे ਜੇ ਤੁਹਾਨੂੰ 18 ਦਾ ਭਾੜਾ ਨਹੀਂ ਆਂਦਾ ਤੁਸੀਂ 2 ਦੇ ਭਾੜੇ ਤੇ ਕਰ ਦੋ 3 ਤੇ ਕਰ ਦੋ 6 ਤੇ ਕਰ ਦੋ ਕਿਸੇ ਵੀ ਭਾੜੇ ਤੇ ਕਰ ਦੋ ਤੇ ਇਹਨੂੰ ਕੱਟਣ ਤੋਂ ਬਾਅਦ ਆ ਜਾਏਗਾ ਆਪਣੇ ਕੋਲ 5 ਸੈਂਟੀਮੀਟਰ ਯਾਨੀ ਕਿ ਇਸ ਕਨਾਵ ਦੀ ਉਚਾਈ ਆਪਣੇ ਕੋਲ ਕਿੰਨੀ ਆ ਗਈ 5 ਸੈਂਟੀਮੀਟਰ ਤਾਂ ਬੱਚਿਓ ਕੋਈ ਵੀ ਸਵਾਲ ਹੱਲ ਕਰਨ ਲਈ ਪਹਿਲਾਂ ਉਸ ਦਾ ਚਿੱਤਰ ਨੂੰ ਬਣਾ ਕੇ ਦੇਖੋ ਉਸ ਨੂੰ ਦਿਮਾਗ ਵਿੱਚ ਚੰਗੀ ਤਰ੍ਹਾਂ ਬਿਠਾਓ ਉਸ 'ਚ ਕਿਹੜੇ ਸੂਤਰ ਲੱਗਨੇ ਹਨ ਉਹ ਸੂਤਰਾਂ ਨੂੰ ਧਿਆਨ ਵਿੱਚ ਰੱਖ ਕੇ ਉਸ ਨੂੰ ਹੱਲ ਕਰੋ ਆਓ ਇੱਕ ਹੋਰ ਸਵਾਲ ਹੱਲ ਕਰते हैं एक 14 ਸੈਂਟੀਮੀਟਰ ਚੌੜਾਈ ਵਾਲੇ ਆਇਤਾਕਾਰ ਕਾਗਜ਼ ਨੂੰ ਚੌੜਾਈ ਦੇ ਅਨੁਸਾਰ 모ੜ ਕੇ 20 ਸੈਂਟੀਮੀਟਰ ਅਧਵੀਾਸ ਵਾਲਾ ਇੱਕ ਵੇਲਨ ਬਣਾਇਆ ਜਾਂਦਾ ਹੈ ਵੇਲਨ ਦਾ ਆਇਤਨ ਪਤਾ ਕਰੋ ਬੱਚਿਓ ਆਪਣੇ ਕੋਲ ਇੱਕ ਆਇਤਾਕਾਰ ਕਾਗਜ਼ ਹੈ ਆਇਤ ਦੇ ਆਕਾਰ ਦਾ ਮੈਂ ਇੱਕ ਕਾਗਜ਼ ਬਣਾ ਲਿਆ ਇਸ ਦੀ ਚੁੜਾਈ ਆਪਾਂ ਦਿੱਤੀ ਹੋਈ ਹੈ 14 ਸੈਂਟੀਮੀਟਰ ਹੁਣ ਮੈਂ ਇਸ ਨੂੰ ਚੁੜਾਈ ਵਾਲੀ ਸਾਈਡ ਤੋਂ ਹੀ ਮੋੜਨਾ ਹੈ ਤਾਂ ਇਸ ਤਰ੍ਹਾਂ ਮੋੜ ਕੇ ਮੈਂ ਇਸ ਨੂੰ ਇੱਕ ਵਿਲਨ ਬਣਾ ਲਿਆ ਹੁਣ ਕਿਉਂਕਿ ਚੁੜਾਈ ਵਾਲੀ ਸਾਈਡ ਤੋਂ ਮੋੜਿਆ ਸੀ ਤਾਂ ਇਹਦੀ ਉਚਾਈ ਕੀ ਹੋਗੀ 14 ਸੈਂਟੀਮੀਟਰ ਇਹ ਇਸ ਦਾ ਉਚਾਈ ਹੋਗੀ ਅਤੇ ਇਸ ਦਾ ਅਰਧ ਵਿਆਸ ਆਪਾਂ ਦਿੱਤਾ ਹੋਇਆ ਹੈ 20 ਸੈਂਟੀਮੀਟਰ ਅਰਧ ਵਿਆਸ ਦਿੱਤਾ ਹੈ 20 ਤਾਂ ਵੇਲਨ ਦਾ ਆਇਤਨ ਪਤਾ ਕਰਨਾ ਹੈ ਤਾਂ ਬੱਚਿਓ ਆਪਾਂ ਨੂੰ ਵੇਲਨ ਦਾ ਆਇਤਨ ਪਤਾ ਕਰਨ ਲਈ r ਅਤੇ h ਦੋਨੋਂ ਚਾਹੀਦਾ ਹੁੰਦਾ ਹੈ ਤੋ ਇਹ ਦੋਨੋਂ ਆਪਾਂ ਨੂੰ ਮਿਲ ਗਏ ਤੋ ਆਪਾਂ ਲਿਖਾਂਗੇ ਆਇਤਾਕਾਰ ਕਾਗਜ਼ ਦੀ ਚੌੜਾਈ ਕਿਤੇ ਬਰਾਬਰ c ਆਇਤਾਕਾਰ ਕਾਗਜ਼ ਦੀ ਚੌੜਾਈ ਇਸ ਨੂੰ ਮੈਂ ਲਿਖਤਾ ਵੇਲਨ ਦੀ ਵੇਲਨ ਦਾ ਅਰਧ ਵਿਆਸ ਇਹ ਆ ਗਿਆ ਆਪਣੇ ਕੋਲ 14 ਸੈਂਟੀਮੀਟਰ ਉਚਾਈ ਆਪਣੇ ਕੋਲ ਆ ਗਈ 20 ਸੈਂਟੀਮੀਟਰ ਤਾਂ ਇਹਦਾ ਆਇਤਨ ਦਾ ਸੂਤਰ ਲਗਾਤਾ ਆਪਾਂ ਨੇ ਪਾਈ r² h ਬੱਚਿਓ ਇਸ r ਅਤੇ h ਦਾ ਮੂਲ ਭਰਨ ਤੋਂ ਬਾਅਦ ਤੁਸੀਂ ਇਸ ਨੂੰ ਹੱਲ ਕਰ ਦੇਣਾ ਹੈ हल करके अपने को इस बेलन का आयतन पता लग जावेगा तो बच्चों तुमसी आज पढ़या सी तीन पसारी आकारिक आकृतियां दे आयतन नु कटना ओना दे सूत्र कित्ते ओना दे प्रश्न कड्डे इना नु अच्छी तरह याद कर लेना है अच्छी तरह समझ लेना है आज इस ते सवाल करे जाके चंगी तरह हल करके अपने अध्यापक को दिखा देने हां धन्यवाद